ਧਾਕੇ ਚਲਾ ਦਿਓ। ਮੈਂ ਦੁਬਾਰੇ ਰਿਪੀਟ ਕਰਦਾ, ਮੈਨੂੰ ਕਦੇ ਕਦੇ ਐਂ ਲੱਗਦਾ ਜਦੋਂ ਐਡੇ ਐਡੇ ਇਕੱਠ ਹੁੰਦੇ ਆ ਜਿੱਦਾਂ ਚੀਕਾਂ ਮਾਰਨ ਲੱਗ ਜਾਂਦੇ ਉਹ ਸਾਧਾਂ ਦੇ ਚੇਲੇ ਹੁੰਦੇ ਆ ਚਵਲ। ਮੈਂ ਤਾਂ ਇੱਥੋਂ ਤੱਕ ਕਹਿ ਸਕਦਾ ਜੇ ਖੁਸ਼ੀ ਮਨਾਉਣੀ ਆ ਤਾਂ ਬਾਬੇ ਨਾਨਕ ਦੀ ਗੱਲ ਮੰਨੋ, ਪੜਾਕੇ ਤਾਂ ਚੱਲੇ ਹੀ ਪਏ ਆ, ਪੜਾਕੇ ਤਾਂ ਸਾਰੀ ਕੌਮ ਦੀ ਚੱਲੇ ਪਏ ਆ, ਕੋਈ ਇੱਕ ਤੇ ਥੋੜੋ ਆ। ਪੱਲੇ ਕਿਹਦੇ ਕੀ ਆ, ਪੱਲੇ ਹੈ ਕੀ, ਪੱਲੇ ਕੱਖ ਨੀ, ਪੜਾਕੇ ਹੀ ਆ। ਉਹ ਵੀ ਪਹਿਲਾਂ ਹੀ ਚੱਲ ਗਏ, ਉਹ ਜਦੋਂ ਚੱਲਣਾ ਹੋਏ ਨਾ ਜਾਂ ਚਲਾਉਣੇ ਹੋਏ ਉਦੋਂ ਪਚੈਤਾਂ ਹੀ ਹੋਣਗੀਆਂ, ਪੰਜਾਬੀ ਚ ਸੁਣ ਲਓ, ਤੀਜੀ ਗੱਲ ਨੀ ਹੋਣੀ। ਉਦੋਂ ਜਦੋਂ ਕੋਈ ਚੱਜ ਦੀ ਗੱਲ ਅਨਾਊਂਸ ਕਰਦਾ ਨਾ ਸਟੇਜ ਤੋਂ, ਉਹਨੂੰ ਗੌਰ ਨਾਲ ਸੁਣਿਆ ਕਰੋ, ਨਾ ਤਾਂ ਬੋਲਣ ਵਾਲੇ ਕੋਲ ਇੰਨਾ ਟਾਈਮ ਹੁੰਦਾ ਤੇ ਨਾ ਜਿੰਨੇ ਸਰੀਰ ਬੈਠੇ ਇਹਨਾਂ ਕੋਲ ਬਹਿਣ ਦਾ ਟਾਈਮ ਆ, ਸਾਰੇ ਹੀ ਕੰਮ ਆ, ਇੱਥੇ ਝੰਡੀ ਦਾ ਵਿਹਲਾ ਕੋਈ ਨੀ। ਐਵੇਂ ਨੀ, ਐਵੇਂ ਇਹ ਹੁੱਲੜਬਾਜੀ ਆ, ਹੁੱਲੜਬਾਜੀ ਆ ਸਾਰੀ, ਇਹ ਹੁੱਲੜਬਾਜੀ, ਇਹ ਚ ਬਾਣੀ ਦੀ ਮੱਤ ਗੁਰੂ ਦੀ ਮੱਤ ਕੋਈ ਨੀ। ਸਾਨੂੰ ਸ਼ੁੱਧਤਾ ਦਾ, ਸਾਨੂੰ ਵੇਂ ਚ ਚੁੱਭੀ ਮਾਰ ਕੇ ਦੱਸਿਆ ਵੀ ਪਾਣੀ ਪਵਿੱਤਰ ਰੱਖਿਓ, ਹਵਾ ਪਵਿੱਤਰ ਰੱਖਿਓ, ਜਲਵਾਯੂ ਪਵਿੱਤਰ ਰੱਖਿਓ, ਆਪਦਾ ਜ਼ਮੀਰ ਪਵਿੱਤਰ ਰੱਖਿਓ, ਆਪਦਾ ਜੀਵਨ ਕਮਾਇਓ, ਡਾਲਰ ਤੇ ਸੋਨਾ ਕਮਾਉਣ ਨੂੰ ਨੀ ਕਿਹਾ। ਇਹ ਤਾਂ ਕੋਠਿਆਂ ਤੇ ਬਹੁਤ ਪਿਆ, ਕੰਜਰ ਕਹਿਣ ਨੂੰ ਜੀ ਨਹੀਂ ਕਰਦਾ। ਜੇ ਇਸੇ ਗੱਲ ਮਗਰ ਤੁਰਨਾ ਨਾ, ਇਹ ਤਾਂ ਬਹੁਤ ਪਿਆ, ਮੈਨੂੰ ਹਮੇਸ਼ਾ ਲੋੜ ਰਹਿੰਦੀ ਹੈ, ਇਹ ਗੱਲ ਤਾਂ ਮੈਂ ਲਾਗੂ ਨਹੀਂ, ਮੈਂ ਨਾ ਸੱਚ ਬੋਲੋ, ਇਹ ਸੱਚ, ਸੱਚ ਸਭਨਾ ਕਾ ਖਸਮ ਹੈ, ਬਾਣੀ ਆਉਂਦੀ ਹੈ, ਜੇ ਪੜ੍ਹੋਗੇ ਤਾਂ ਪਤਾ ਲੱਗੂ। ਜੇ ਲੰਡਰੂ ਸਾਰਿਆਂ ਦੇ ਮਗਰ ਲਾ ਕੇ, ਦੇਹ ਧਾਰਨ ਦੇ ਮਗਰ ਲਾ ਕੇ ਆਪਦੇ ਘਰਾਂ ਦਾ ਸ਼ੋਸ਼ਣ ਕਰਾਉਣਾ, ਆਪਦੇ ਘਰਾਂ ਦਾ ਸ਼ੋਸ਼ਣ ਕਰਾਉਣਾ, ਆਪਦੇ ਘਰਾਂ ਦਾ ਸ਼ੋਸ਼ਣ ਕਰਾਉਣਾ, ਬਾਬੇ ਨਾਨਕ ਨੂੰ ਭੁੱਲ ਜਾਓ। ਫਿਰ ਬਾਬੇ ਨਾਨਕ ਨੇ ਪਖੰਡ ਚੋਂ ਕੱਢਿਆ ਸੀ ਜੰਮਣ ਸਾਰ 1469 ਦੀ ਚੰਗਿਆਈ ਜੰਮੀ ਵੀ ਆ, ਸੱਚਾਈ 1469 ਦੀ ਜੰਮੀ ਵੀ ਆ, 2019 ਚ ਆ ਕੇ ਲਾਗੂ ਨੀ ਹੋਈ। ਜੇ ਕਿਸੇ ਨਾਲ ਰੌਲਾ ਪਾ ਲਈਏ ਨਾ, ਰੌਲਾ ਕਿਸੇ ਦਾ ਲੈਣ ਦੇਣ ਦਾ ਰੌਲਾ ਪੈ ਜੇ, ਅਗਲਾ ਕਹਿੰਦਾ ਲਹਿਕੇ ਦੇ ਲਹਿਕੇ ਮੈਂ ਫੇਰ ਮੰਨੂ, ਉਹ 1430 ਅੰਗ ਸਾਨੂੰ ਲਹਿਕੇ ਵੀ ਦੇ ਗਏ, ਏਡੇ ਬਸ਼ਰਮ, ਅਸੀਂ ਫੇਰ ਨੀ ਮੰਨ ਕੇ ਆਏ। ਉਹ 1430 ਅੰਗ ਲਹਿਕੇ ਦੇ ਕੇ ਗਏ ਆ ਵੀ ਆ ਸੱਚ ਆ, ਉਹ ਪੋਤੇ ਨੂੰ ਮੰਨ ਲਿਓ। ਕਹਿੰਦੇ ਤੈਨੂੰ ਮੰਨਣਾ ਤਾਂ ਹੈਗਾ, ਤੇਰੀ ਮੰਨਣੀ ਕੋਈ ਨੀ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਪਰ ਗੁਰੂ ਦੀ ਮੰਨਣੀ ਕੋਈ ਨੀ, ਜਿਹੜੀ ਕਹੂਗਾ ਜਮਾ ਨੀ ਮੰਨਣੀ, ਤੇ ਫਿਰ ਗੁਰੂ ਦੀਆਂ ਖੁਸ਼ੀਆਂ ਕਿੱਥੋਂ ਭਾਲਦੇ ਹੋ, ਮਿਲ ਜਾਣਗੀਆਂ, ਕੱਖ ਨੀ ਮਿਲਣਾ ਕਿਸੇ ਨੂੰ। ਪਹਿਲਾਂ ਹੁਰ ਹੁਰਲ ਕਰਦੇ ਫਿਰਦੇ, ਹੁਰ ਹੁਰਲ ਕਰਦੇ ਹੁਣ ਮਰ ਜਾਓਗੇ। ਬੰਦੇ ਬਣ ਕੇ ਜੰਮੇ ਹੋ, ਬੰਦੇ ਬਣੋ, ਬੰਦੇ ਹਮੇਸ਼ਾ ਬੰਦੇ ਨੂੰ ਕਹਿਣਾ ਪੈਂਦਾ, ਓਏ ਬੰਦਾ ਬਣ, ਕਤੀਰ ਨੂੰ ਕਹਿੰਦਾ ਕੋਈ ਕੁੱਤਾ ਬਣ, ਕਹਿੰਦਾ ਗਦੇ ਨੂੰ ਕੋਈ ਗਧਾ ਬਣ, ਗਧੇ ਦੇ ਝਰੀਟਾ ਮਾਰ ਕੇ ਜੈਵਰਾ ਨੀ ਬਣਨਾ, ਨਸਲ ਬਣਾਓ ਨਸਲ। ਆਪਾਂ ਸਿੱਖੀ ਨਸਲ ਚ ਜੰਮੇ ਵੇ ਆ, ਨਸਲ ਤੇ ਲਾਗੂ ਰਹੋ, ਨਸਲ ਆਪਦੀ ਸਾਂਭੋ। ਜੇ ਤੁਹਾਡੇ ਨਾਂ ਦੇ ਨਾਲ ਸਿੰਘ ਲੱਗਿਆ ਆਉਂਦਾ, ਆਪਦੇ ਆਪ ਨੂੰ ਮੰਨੋ ਵੀ ਸਾਡੇ ਬੁੜੇ ਗੁਰੂ ਗੋਬਿੰਦ ਸਿੰਘ ਦੀ ਫੌਜ ਚ ਲੜੇ ਆ। ਜੇ ਕੌਰ ਲੱਗਿਆ ਆਉਂਦਾ, ਕੌਰ ਸ਼ਬਦ ਦਾ ਸਾਡੀਆਂ ਭੈਣਾਂ ਨੂੰ, ਸਾਡੀਆਂ ਧੀਆਂ ਨੂੰ, ਸਾਡੀਆਂ ਮਾਵਾਂ ਨੂੰ ਨੀ ਪਤਾ ਕੌਰ ਦਾ ਮੀਨਿੰਗ ਕੀ ਆ। ਕੌਰ ਇੱਕ ਚਿੜੀ ਜਿੱਦਾਂ, ਚਿੜੀ ਤੋਂ ਵੀ ਛੋਟਾ ਪੰਛੀ ਹੈ, ਫਰਤੀਲਾ ਬਹੁਤ ਆ, ਖੁਰਾਕ ਕੀ ਹੈ, ਸ਼ੇਰ ਜਦੋਂ ਮਾਸ ਖਾ ਕੇ ਜਵਾਰਾ ਅੜਦਾ ਵਾਸੀ ਲੈਂਦਾ, ਉਹਨੂੰ ਗਲਣ ਦੇ ਵਾਸਤੇ ਵਾਸੀ ਹੋਣੀ ਚਾਹੀਦੀ ਆ, ਜਿਹਨੂੰ ਸਾਇੰਸ ਪੜ੍ਹਦੇ ਆ ਜਿਹੜੇ ਉਹਨੂੰ ਪਤਾ ਲੱਗ ਜਾਣਾ, ਉਹ ਆਪਦੇ ਲਾਰਵੇ ਨੂੰ ਗਾਲਣ ਦੀ ਖਾਤਰ ਵਾਸੀ ਲੈਂਦਾ, ਉਹ ਵਾਸੀ ਦੇ ਸਾਹਮਣੇ ਚੋਂ ਕੌਰ ਪੰਛੀ ਆ ਜਿਹੜਾ
ਉਹਦੇ ਦੰਦਾਂ 'ਚ ਫਸਿਆ ਮਾਸ ਕੱਢ ਲਿਆਉਂਦਾ। ਇੰਨਾ ਚੁਸਤ ਤੇ ਫਰਤੀਲਾ ਪੰਛੀ ਆ, ਤੁਹਾਨੂੰ ਬੀਬੀਆਂ ਨੂੰ ਭੈਣਾਂ ਨੂੰ ਮਾਰ ਇਹਨੇ ਤਾਂ ਕੌਰ ਲਾਇਆ ਵੀ ਤੁਸੀਂ ਅਲਰਟ ਰਹਿਣਾ, ਸੁਸਤ ਨਹੀਂ ਹੋਣਾ, ਤੁਸੀਂ ਪੂਰੇ ਚਲਾਕ ਰਹਿਣਾ, ਤਿੱਖੇ ਰਹਿਣਾ, ਫੇਰ ਤੁਸੀਂ ਘਰ ਸਾਂਭਣਾ। ਬੰਦੇ ਆ ਕਮਾਉਣ ਜੋਗੇ, ਬੰਦੇ ਘਰੋਂ ਜਾਂਦੇ ਆ ਕਮਾਈ ਕਰਨ, ਘਰ ਸਾਂਭਣਾ ਬੀਬੀਆਂ ਨੇ। ਘਰ ਤਾਂ ਪੁਰਾਣੀ, ਬੰਦਾ ਕਈ ਨਾ ਕਮਾਉਂਦਾ, ਬੀਬੀ ਸੂਈ ਨਾ ਪੜਦੀ ਹੈ। ਗੱਲਾਂ ਸੱਚੀਆਂ ਪੰਜ ਸੱਤ ਹੋਰ ਆ, ਪੰਜ ਕੁ ਮਿੰਟ ਬਹਿ ਜਾਓ, ਤੋਂ ਬਾਹਲਾ ਚਿਰ ਨਹੀਂ ਪਾਉਂਦਾ, ਘਰ ਹੀ ਰਹਿਣ ਦੇ ਮੈਨੂੰ, ਹੁਣ ਚੜ ਲੈਣ ਦੇ ਪਾਰਾ। ਗੱਲਾਂ ਤਿੰਨ ਚਾਰ ਹੋਰ ਆ ਸੱਚੀਆਂ, ਸੁਣੋ। ਕਦੇ ਵੀ ਜ਼ਿੰਦਗੀ ਚ ਕਦੇ ਵੀ ਜਿਹੜਾ ਬੰਦਾ ਇਹ ਗੱਲ ਕਹਿੰਦਾ ਨਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਖਾਤਰ, ਵੀ ਮੈਨੂੰ ਯਾਰ ਬਾਬੇ ਨਾਨਕ ਦੇ ਦਰਸ਼ਨ ਹੋ ਗਏ, ਮੈਨੂੰ ਯਾਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ, ਮੈਨੂੰ ਯਾਰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋ ਗਏ, ਤਿੰਨ ਮਾਰਿਓ ਥਪੜੇ ਨਾਲੇ ਮੇਰੇ ਕੋਲ ਲੈ ਆਓ, ਮੈਂ ਵੀ ਦਰਸ਼ਨ ਕਰ ਲੂ। ਕਿਹੜਾ ਸਰੀਰ ਆ ਯਾਰ ਇਹਨੇ ਸਰੀਰ ਨੂੰ ਉੱਠ ਕੇ ਦੱਸ ਦੋ, ਵੀ ਜਿਹਨੂੰ ਦਰਸ਼ਨ ਹੀ ਹੋ ਗਏ ਰੱਬ ਦੇ, ਹੋਰ ਕਿਸੇ ਤੋਂ ਕੀ ਲੈਣਾ, ਉਹਦੇ ਕੋਲ ਕੀ ਬਚਿਆ ਪਿੱਛੇ। ਗੁੰਮਰਾਹ ਨਾ ਹੋਇਓ, ਅੱਜ ਤੁਸੀਂ ਪੰਜ ਸੱਤ ਪਿੰਡਾਂ ਦੇ ਵਾਸੀ ਬੈਠੇ ਹੋ ਇੱਥੇ, ਘੱਟੋ ਘੱਟ ਪੰਜ ਸੱਤ ਪਿੰਡ ਮੈਂ ਗਿਣੇ ਆ ਜਿਹੜੇ ਮੈਨੂੰ ਸਿੰਘ ਮਿਲ ਕੇ ਗਏ ਆ। ਪੰਜਾਂ ਸੱਤਾਂ ਪਿੰਡਾਂ 'ਚ ਤਾਂ ਇਹੋ ਜਿਹੀ ਗੱਲ ਲਾਗੂ ਕਰ ਲਓ, ਜਿਹੜਾ ਕੋਈ ਢੋਂਗੀ ਆਉਂਦਾ ਥੱਪੜੀ ਡਹਿ ਪਓ, ਇਹਨਾਂ ਦਾ ਹੱਲ ਇਹੀ ਹੈ, ਹੋਰ ਕੋਈ ਹੱਲ ਨਹੀਂ ਇਹਨਾਂ ਦਾ। ਆਪਾਂ ਕਹਿੰਦੇ ਆ ਨਾ ਖਿੰਥਾ ਕਾਲ, ਖਿੰਥਾ ਸਮਝਦੇ ਹੋ, ਚਿੱਪੀ ਜੀ ਨੀ ਚੱਕੀ ਫਿਰਦੇ ਹੁੰਦੇ, ਚਿੱਪੀ ਜੀ ਫਕੀਰ ਕਾਲੀ ਜੀ, ਉਹਦੇ 'ਚ ਪਤਾ ਨੀ ਕਦੋਂ ਕਿਹਨੇ ਕੀ ਪਾ ਦੇਣਾ। ਮਹਾਰਾਜ ਕਹਿੰਦੇ ਖਿੰਥਾ ਮੰਨ ਲਓ ਇਹ ਮੌਤ ਨੂੰ, ਖਿੰਥਾ ਪਤਾ ਨੀ ਕਦੋਂ ਆ ਜਾਣਾ। ਬਾਬੇ ਨਾਨਕ ਨੂੰ ਮਰਦਾਨੇ ਨੇ ਪੁੱਛ ਲਿਆ, ਕਹਿੰਦਾ ਬਾਬਾ ਭੁੱਖੇ ਭੁੱਖੇ ਕਰਕੇ ਤਾਂ ਮੈਨੂੰ ਵਾਹਵਾ ਤੂੰ ਇੰਜ ਕਰਤਾ ਵੀ ਤੂੰ ਹਰ ਵਾਰੀ ਮੈਨੂੰ ਮਜ਼ਾਕ ਦਾ ਪਾਤਰ ਬਣਾਉਣਾ, ਪਰ ਮੈਂ ਬਚ ਜਾਂਦਾ। ਕਹਿੰਦਾ ਤੇਰਾ ਤੂੰ ਕਹਿਣਾ ਵੀ ਮੈਂ ਲੋਕਾਂ ਦਾ ਮਰਾਸੀ ਹਾਂ, ਤੂੰ ਰੱਬ ਦਾ ਮਰਾਸੀ ਹਾਂ, ਤੂੰ ਮੈਨੂੰ ਬਚਾ ਲੈਣਾ। ਯਾਰ ਸੀ ਆਪ ਦੇ, ਯਾਰਾਂ ਜਿਹੜੀ ਯਾਰ ਗੱਲ ਕਰ ਲੈਂਦੇ ਉਹ ਸਾਰੇ ਹੀ ਕਰ ਲੈਂਦੇ। ਬਾਬਾ ਮਰਦਾਨਾ ਦੇ ਨਾਨਕ ਯਾਰ ਰਹੇ, ਉਹ ਅੱਜ ਕੱਲ੍ਹ ਤਾਂ ਕਿਸੇ ਨੂੰ ਨੀ ਪਤਾ, ਮਰਦਾਨੇ ਨੂੰ ਤਾਂ ਬਸ ਮਜ਼ਾਕ ਦਾ ਪਾਤਰ ਹੀ ਬਣਾਇਆ ਜਾਂਦਾ ਹਰ ਵਾਰੀ ਵੀ ਉਹ ਭੁੱਖਾ ਸੀ, ਉਹ ਆਏ ਸੀ, ਉਹ ਸੀ। ਨਹੀਂ ਆ ਦੱਸਿਆ ਨਾ ਇੱਥੋਂ ਬਾਈ ਨੇ, ਪਹਿਲਾਂ ਤਾਂ ਕਵੀਸ਼ਰੀ ਜਥੇ ਦੇ ਨਾਂ ਦਾ ਕਿ ਜਗਾਰਾ ਸ਼ਰਦ, ਉਹਨਾਂ ਨੂੰ ਤੁਸੀਂ ਚਾਰਜ ਹੋ ਜਾਓਗੇ, ਬੋਲੇ ਸੋ ਨਿਹਾਲ। ਜਿੰਨੇ ਉਹਨਾਂ ਨੇ ਇੱਥੋਂ ਸਪੀਚ ਕਰਕੇ ਸੁਣਾਇਆ ਨਾ, ਮੈਂ ਨਾ ਕੋਈ ਹੋਊਗੀ ਤਾਂ ਲੂੰ ਕੰਡਾ ਨੀ ਖੜਾ ਹੋਇਆ, ਜਿਹਨੂੰ ਸੱਚੀ ਮਿੱਚੀ ਇਤਿਹਾਸ ਨਾਲ ਪਿਆਰ ਆ ਜਾਂ ਸਿੱਖੀ ਨਾਲ ਪਿਆਰ ਆ। ਬੰਦਿਆਂ ਨੇ ਅੜੀ ਕੱਢਤੀ ਸਿੰਘਾਂ ਨੇ, ਮੈਂ ਇਹ ਗੱਲ ਕਹਿ ਸਕਦਾ। ਬਹੁਤ ਸੋਹਣਾ ਗਾਇਆ, ਜਿਹਨਾਂ ਨੇ ਵੀ ਪ੍ਰਬੰਧ ਕੀਤਾ ਇਹਨੂੰ ਬੁਲਾਉਣ ਦਾ, ਮੈਂ ਵਾਰੇ ਜਾਂਦਾ ਉਹਨਾਂ ਦੇ, ਉਹਨਾਂ ਨੇ ਪਹਿਲਾਂ ਇਹਨੂੰ ਸੁਣਿਆ ਹੋਊ, ਸੁਣ ਕੇ ਫੇਰ ਬੁਲਾਇਆ ਹੋਊ। ਮੈਂ ਇੱਕ ਹੋਰ ਵੀ ਤੁਹਾਨੂੰ ਇੱਥੇ ਆਪਦੀ ਮੈਨੇਜਮੈਂਟ ਅਨੁਸਾਰ ਗੁਰ ਦੇ ਸਕਦਾ, ਜਦੋਂ ਵੀ ਨਗਰ ਕੀਰਤਨ ਕਿਸੇ ਵੀ ਨਗਰ 'ਚ ਕਰਾਊਂ, ਕਿਸੇ ਵੀ ਢਾਡੀ ਜਥੇ ਨੂੰ, ਰਾਗੀ ਜਥੇ ਨੂੰ, ਕਵੀਸ਼ਰੀ ਜਥੇ ਨੂੰ ਸੱਦੋ, ਉਹਨੂੰ ਸਬਜੈਕਟ ਦੇ ਦਿਆ ਕਰੋ ਵੀ ਤੂੰ ਭਾਈ ਆਹ ਸਬਜੈਕਟ 'ਤੇ ਆ ਕੇ ਬੋਲਣਾ, ਇਹ ਮੇਰੀ ਬੇਨਤੀ ਮੰਨਿਓ। ਜ਼ਰੂਰ ਆਪਾਂ ਦੇਣਾ ਹੁੰਦਾ ਰੁਪਈਆ ਰੁਪਈਆ ਸੰਗਤ ਦਾ ਇਕੱਠਾ ਕਰਕੇ ਉਹਨਾਂ ਨੂੰ ਭੇਟਾ, ਅਤੇ ਜੇ ਸੰਗਤ ਦੇ ਪੱਲੇ ਹੀ ਕੁਛ ਨਾ ਪਿਆ ਫਿਰ ਆਪਣੇ ਪੱਲੇ ਵੀ ਕੱਖ ਨਹੀਂ, ਜਿਹੜੇ ਮੂਹਰੇ ਪ੍ਰਬੰਧਕ ਬਣੇ ਹੋਏ। ਦੂਜੀ ਗੱਲ ਬਾਈ, ਬੱਚਿਆਂ ਨੂੰ ਖਾਸ ਕਰਕੇ ਪੰਜਾਬੀ ਨਾਲ ਜੋੜ ਲਓ। ਤਕਰੀਬਨ ਹਰੇਕ ਨੇ ਫੱਟੀ ਲਿਖੀ ਹੈ, ਫੱਟੀਆਂ ਲਿਖਾਉਣਾ ਸ਼ੁਰੂ ਕਰ ਦਿਓ ਘਰੋਂ ਘਰੀ। 35 ਜੇ ਕੈਦਾਂ ਤੋਂ ਨਹੀਂ ਮਿਲਦੀ ਇਹਦੀਆਂ ਫੋਟੋ ਖਿੱਚ ਕੇ ਲੈ ਜਾਓ, ਸਾਡੀਆਂ ਤਾਂ ਹੀ ਬਣਾ ਲਾਈਆਂ ਹੋਈਆਂ, ਇਹੀ 35 ਸਿਖਾ ਦਿਓ। ਜਿਹੜੇ ਬੰਦੇ ਕਹਿੰਦੇ ਜੀ ਪੰਜਾਬੀ ਨੂੰ ਖਤਰਾ ਹੋ ਗਿਆ, ਪੰਜਾਬੀ ਤਾਂ ਗਈ, ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਸਾਡੇ ਕੋਲ ਦਰਜ ਆ ਨਾ, ਸਾਡੇ ਕੋਲ ਖਜ਼ਾਨਾ ਬਹੁਤ ਤਗੜਾ ਪਿਆ, ਅਤੇ ਐਵੇਂ ਨਾ ਚਾਰ ਕੁ ਕਿਤਾਬਾਂ ਪੜ੍ਹ ਕੇ, ਚਾਰ ਕੁ ਕੋਟੇਸ਼ਨਾਂ ਪੜ੍ਹ ਕੇ ਫੇਸਬੁੱਕ ਤੋਂ ਕਹਿ ਦਿਆ ਕਰੋ ਵੀ ਪੰਜਾਬੀ ਨੂੰ ਬੜਾ ਖਤਰਾ,
ਪੰਜਾਬੀ ਨੂੰ ਤਾਂ ਉਦੋਂ ਨੀ ਖਤਰਾ ਹੋਇਆ ਜਦੋਂ ਦੋ ਜਣੇ ਰਹਿ ਗਏ ਸੀ, ਗਰਜਾ ਸਿੰਘ ਬੋਤਾ ਸਿੰਘ, ਉਹਨਾਂ ਨੇ ਬਚਾ ਲਈ। ਆਪਾਂ ਤਾਂ ਬਹੁਤ ਗਿਣਤੀ ਚ ਬੈਠੇ ਹਾਂ, ਪਰ ਰੌਲਾ ਕਿੱਥੇ ਪੈਂਦਾ? ਘਰੋਂ ਸ਼ੁਰੂ ਕਰਿਓ, ਘਰੋਂ ਆਪਦੇ ਘਰੋਂ ਘਰੋਂ ਸ਼ੁਰੂ ਕਰਿਓ। ਮੈਂ ਰਿਪੀਟ ਕਰਦਾ ਫੇਰ, ਲੋਕਾਂ ਚ ਬਦਲਾਅ ਨਾ ਲਿਆਇਓ, ਲੋਕਾਂ ਚ ਨਾ ਬਦਲਾਅ ਲਿਆਇਓ। ਵੀ ਲੋਕ ਬਦਲਣ, ਲੋਕ ਬਦਲਣ, ਲੋਕ ਲੋਕ ਨੀ ਬਦਲਦੇ। ਭੁਲੇਖਾ ਕੱਢ ਦਿਓ, ਬਾਬੇ ਕੇ ਬਾਬਰ ਕੇ, ਬਾਬਰ ਕੇ 75% ਆ, ਬਾਬੇ ਕੇ 25% ਆ, ਪਰ 25% 75% ਦੀ ਬੂਥ ਗੱਡੀ ਆਉਂਦੇ ਆ। ਬਰਿਆਈ 75% ਆ ਸਮਾਜ ਚ, ਚਗਿਆਈ 25% ਆ, 25% ਬਾਬੇ ਕੇ ਆ, 75% ਬਾਬਰ ਕੇ ਆ। ਉਹ ਫੇਰ ਵੀ ਬਣਦੀ ਨੀ ਗੱਲ, ਤੁਹਾਨੂੰ ਪ੍ਰਮਾਣਿਕ ਗੱਲ ਸੁਣਾ ਛੋਟੀ ਜੀ, ਉਦੋਂ ਬਾਅਦ ਫਤਿਹ ਬਲਾ ਤੂੰ ਜਾਇਓ, ਬੜਾ ਚਿਰ ਨਹੀਂ ਪਾਉਂਦਾ। ਇੱਕ ਬੇਨਤੀ ਸੁਣਿਓ ਧਿਆਨ ਨਾਲ, ਜਦੋਂ ਇੱਥੋਂ ਜਾਓਗੇ ਨਾ ਵਾਪਸ, ਕੀ ਸਿੱਖ ਕੇ ਜਾਓਗੇ ਉਹ ਦਿਮਾਗ ਚ ਰੱਖਿਓ। ਇੱਥੇ ਜਿਹੜੀਆਂ ਕਹਿੰਦਾ ਪੇਪੜੀਆਂ ਵੱਜਦੀਆਂ ਰਹਿੰਦੀਆਂ ਮੇਰੀਆਂ ਜ਼ਿਆਦਾਤਰ ਸੋਚਣ ਨਾਲ, ਇਹ ਪੇਪੜੀਆਂ ਤਾਂ ਹੀ ਵੱਜਦੀਆਂ ਵੀ ਸੋਚੀ ਦਾ ਜਾਂਦੇ ਹੋ, ਸੋਚ ਕੇ ਅਮਲ ਨਹੀਂ ਕਰਦੇ। ਸੋਚੀ ਸਾਰੇ ਸਰੀਰ ਜਾਂਦੇ ਸਣੇ ਮੇਰੇ, ਬਾਣੀ ਪੜ੍ਹੀ ਸਾਰੇ ਜਾਂਦੇ ਆ, ਸੁਣੀ ਸਾਰੇ ਜਾਂਦੇ ਆ, ਸਣੇ ਮੇਰੇ ਅਮਲ ਚ ਨਹੀਂ ਲਿਆਉਂਦੇ। ਬਾਣੀ ਚ ਲਿਖਿਆ ਸੱਚ ਸਭਨਾ ਕਾ ਖਾਸਮਾ। ਇੱਥੇ ਹੁਣ ਫੋਨ ਆ ਜਾਇਆ ਕਿ ਵੀ ਬਾਈ ਕਿੱਥੇ ਗਾ ਕੇ ਕਹਿਣਗੇ ਵੱਧ ਨਹੀਂ ਆ ਗਏ, ਇਹ ਝੂਠ ਆ, ਜਿਹਨੇ ਮੋਬਾਈਲ ਲੈ ਲਿਆ ਉਹਨੇ ਝੂਠ ਲੈ ਲਿਆ, ਘਰੋਂ ਨਿਕਲਦਾ ਕਿੱਥੇ ਆ ਗਿਆ, ਮੈਂ ਲੁਹਾਰਾ ਲੰਘਿਆ, ਇਹ ਝੂਠ ਆ। ਇਹ ਛੋਟੇ ਛੋਟੇ ਝੂਠਾਂ ਤੋਂ ਆਪਦੀ ਜਾਨ ਬਚਾਓ, ਇਹ ਚੀਜ਼ਾਂ ਜ਼ਰੂਰੀ ਆ। ਸੱਚ ਤੇ ਝੂਠ ਦੀ ਗੱਲ ਸੁਣਾਉਣਾ ਤੁਹਾਨੂੰ ਛੋਟੀ ਜੀ, ਕਿਸੇ ਤਲਾਸ਼ ਤਖ਼ਤ ਉੱਪਰ ਵਾਲੇ ਚ ਕਹਿ ਲਓ, ਸੱਚ ਇਸ਼ਨਾਨ ਕਰੀ ਜਾਂਦਾ ਸੀ, ਮਗਰੋਂ ਝੂਠ ਆਇਆ। ਸੱਚ ਨੋਰਮਲ ਗੱਲ ਆ, ਥੋੜਾ ਜਿਹਾ ਸੁਸਤ ਹੂਲੇ ਜੀ ਹੋ ਵੀ ਮੈਂ ਸੱਚਾ ਮੈਨੂੰ ਕੀ ਆ, ਥੋੜਾ ਜਿਹਾ ਆਪਦਿਆਂ ਚ ਵੀ ਹੋ ਵੀ ਚੱਲ ਕੋਈ ਨਹੀਂ ਯਾਰ, ਜਿਹੜੇ ਚੰਗੇ ਚੰਗੇ ਰਹਿਣ ਮੈਂ ਮਾੜਾ ਠੀਕ ਆ, ਸੱਚ ਸੱਚ ਹੀ ਹੈ। ਝੂਠ ਨੇ ਦੇਖ ਲਿਆ ਵੀ ਉਹਦਾ ਬਾਣਾ ਲਾਇਆ ਪਿਆ, ਮੰਨ ਕੇ ਚਲੋ ਚੋਲਾ ਲਾਇਆ ਪਿਆ, ਝੂਠ ਨੇ ਸੱਚ ਦਾ ਚੋਲਾ ਪਾ ਕੇ ਸਪੀਡ ਚੱਕਤੀ ਦਰੂ ਮੱਲੇ ਵਾਲੇ ਨੂੰ ਵੀ ਆਪਾਂ ਗਏ, ਪਤਾ ਸੱਚ ਨੂੰ ਵੀ ਲੱਗ ਗਿਆ ਵੀ ਮੇਰਾ ਨਾਂ ਵਰਤ ਕੇ ਲੋਕਾਂ ਨੂੰ ਲੁੱਟੂ, ਮਗਰ ਹੀ ਸੱਚ ਭੱਜ ਲਿਆ। ਮਾਫ ਕਰਿਓ, ਅੱਜ ਤੱਕ ਭੱਜਿਆ ਹੀ ਫਿਰਦਾ, ਨਾ ਉਹਨੂੰ ਟੇਕ ਨਾ ਉਹਨੂੰ ਟੇਕ, ਝੂਠ ਤਾਂ ਨਹੀਂ ਖੜਦਾ ਵੀ ਮਗਰ ਸੱਚ ਆਉਂਦਾ, ਸੱਚ ਤਾਂ ਨਹੀਂ ਖੜਦਾ ਕਹਿੰਦਾ ਭੱਜ ਪੁੱਤ ਮਗਰ ਹੀ ਆ। ਇਹ ਦੁਨੀਆਂ ਤੇ ਲਾਗੂ ਹੋਈ ਵੀ ਗੱਲ ਹੈ। ਸਬਜੈਕਟ ਬਾਣੀ ਨੂੰ ਬਣਾਓ, ਬਾਬੇ ਨਾਨਕ ਦਾ ਪੁਰਬ ਮਨਾਉਣ ਦਾ ਫੇਰ ਫਾਇਦਾ, ਜੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਆਪਦੇ ਜੀਵਨ ਚ ਗ੍ਰਹਿਣ ਕਰਨਾ, ਜੇ ਦਿਖਾਵੇ ਨੂੰ ਕਰ ਰਿਹਾ ਹੋ ਤਾਂ ਮਹਾਰਾਜ ਦੀ ਬੜੀ ਕਿਰਪਾ, ਬਹੁਤ ਨਗਰ ਕੀਰਤਨ ਹੋਈ ਜਾਂਦੇ। ਇਹ ਚੋਂ ਕੁਛ ਸਿੱਖ ਕੇ ਜਾਇਓ, ਸਿੱਖ ਕੇ ਆਨੰਦ ਆਊਗਾ, ਫੇਰ ਹੀ ਕੋਈ ਗਤੀ ਆ ਤੁਹਾਡੀ। ਮੈਂ ਤੁਹਾਡਾ ਟਾਈਮ ਲੈ ਲਿਆ, ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ, ਜਿਨ੍ਹਾਂ ਨੇ ਇੰਨੇ ਬਹਿ ਕੇ ਸੁਣਿਆ। ਕਹਿਤੇ ਪਵਿੱਤਾ ਸੁਣ ਤੇ ਪੁਨੀਤਾ, ਪਵਿੱਤ 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 ਪੁਨੀਤਾ, ਕਿਸੇ ਸਿਆਣੇ ਬੰਦੇ ਨੇ ਇਹਦੀ ਵਿਆਖਿਆ ਕੀਤੀ ਆ, ਕਹਿੰਦਾ ਕਹਿਣ ਵਾਲੇ ਨੂੰ ਇੱਕ ਗੁਣਾ ਅਸਰ ਹੁੰਦਾ, ਸੁਣਨ ਵਾਲੇ ਤੇ ਤਿੰਨ ਗੁਣਾ ਹੁੰਦਾ। ਕਹਿਣ ਵਾਲੇ ਨੇ ਇੱਕ ਗੱਲ ਕਹਿ ਕੇ ਚੁੱਪ ਕਰ ਜਾਣਾ, ਸੁਣਨ ਵਾਲੇ ਨੂੰ ਤਿੰਨ ਵਾਰੀ ਸੋਚਣਾ ਵੀ ਜਿਹੜੀ ਇਹ ਕਹਿ ਰਿਹਾ ਸੱਚੀ ਕਹਿ ਰਿਹਾ, ਕਿਵੇਂ ਟਕਵਾਂਜੀ ਤੋੜੀ ਜਾਂਦਾ। ਸੋ ਬੇਨਤੀ ਮੰਨਿਓ, ਬਾਣੀ ਦੇ ਲੜ ਲੱਗਿਓ, ਅੱਜ ਦਾ ਮੇਨ ਮਨੋਰਥ ਰੱਖਿਓ ਵੀ ਬਾਣੀ ਘਰਾਂ ਚ ਪੜ੍ਹਨੀ ਆ ਤੇ ਬਾਣੀ ਪੜ੍ਹਾਉਣੀ ਆ, ਦੇਹ ਧਾਰਨਾ ਤੋਂ ਬਚਣਾ, ਪਖੰਡਕਾਂ ਤੋਂ ਬਚਣਾ, ਨਹੀਂ ਸੁੱਥੋ ਸੂਤਾਂ ਦਾ ਆਪਦੀ ਲਿਖਤੀ ਰੂਪ ਚ ਸ਼ਿਕਾਇਤ ਕਿਸੇ ਵੀ ਲੈਟਰ ਪੈਡ ਤੇ ਕਲੱਬ ਦੀ ਤੇ ਜਾਂ ਪੰਚਾਇਤ ਦੀ ਤੇ ਲਿਖ ਕੇ ਉਹ ਸਾਹਿਬ ਦੇ ਪ੍ਰਤੀ ਇੱਕ ਪਰੂਫ ਲਿਆ ਕੇ ਨਾਲ ਕੋਈ ਵੀਡੀਓ ਵਗੈਰਾ ਦਫ਼ਤਰ ਚ ਦੇ ਦਿਓ, ਦੂਜੇ ਦਿਨ ਸਾਹਿਬ ਨੂੰ ਟੰਗ ਦਿਆਂਗੇ, ਮਹਾਰਾਜ ਤੋਂ ਡਰ ਕੇ ਆ ਨੇ। ਹੋਵੇ ਸਾਧ, ਕਹਿੰਦਾ ਹੋਵੇ ਆਪਦਾ ਵੀ ਮੈਂ ਸਾਧ ਆ, ਮੈਂ ਰੱਬ ਦੇ ਨਾ ਮੈਂ ਰੱਬ ਮਿਲਾਉਣਾ, ਉਹਨੂੰ ਮੈਨੂੰ ਮਿਲਾਇਓ ਕਿ ਤੂੰ ਬੰਦੇ ਨੂੰ ਹੀ ਮਿਲ, ਰੱਬ ਨੂੰ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਆ, ਗੱਜ ਵੱਜ ਕੇ ਜਾਇਓ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।